ਕਰਦਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਪਾਖੜਾ ਬੰਨ ਦੀ ਗੈਲਰੀ ਦੇ ਵਿੱਚ ਪਾਣੀ ਵੜ ਚੁੱਕਿਆ ਕਿਉਂਕਿ ਲਗਾਤਾਰ ਮੌਨਸੂਨ ਦੇ ਚੱਲਦੇ ਚਿੱਤੇ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਉੱਥੇ ਹੀ ਜਿੰਨੇ ਵੀ ਡੈਮ ਨੇ ਉਹ ਉਫਾਨਦੇ ਨੇ ਤੇ ਪਾਖੜਾ ਡੈਮ ਦੀ ਗੈਲਰੀ ਦੇ ਵਿੱਚ ਵੀ ਤੇਜ਼ ਬਾਰਿਸ਼ ਦੇ ਚਲਦਿਆਂ ਪਾਣੀ ਵੜ ਚੁੱਕਿਆ ਤੇ ਫਟਾਫਟ ਤੁਸੀਂ ਦੇਖ ਸਕਦੇ ਹੋ ਕਿ ਜੜੇ ਪ੍ਰਬੰਧਕ ਨੇ ਉਹ ਮਸ਼ੀਨਾ ਰਾਹੀ ਪੰਪਾ ਰਾਹੀ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਜੜੀਆਂ ਮਸ਼ੀਨਾ ਨੇ ਇਸ ਦੇ ਨਾਲ ਹੀ ਹਰ ਚੀਜ਼ ਕੰਟਰੋਲ ਕੀਤੀ ਜਾਂਦੀ ਹੈ ਤਾਂ ਮਸ਼ੀਨਾ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਸਾਰੇ ਹੀ ਪ੍ਰਬੰਧਕ ਲੱਗੇ ਹੋਏ ਨੇ ਪਾਸੇ ਜਿੱਥੇ ਤੜਾ ਤੜ ਬਾਰਿਸ਼ ਹੋ ਰਹੀ ਹੈ ਤਾਂ ਦੂਜੇ ਪਾਸੇ ਇਹ ਵੀ ਲੱਗੇ ਹੋਏ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਮਸ਼ੀਨਾ ਕਰਾਬ ਹੋ ਜਾਣ ਤੇ ਜਿਹੜਾ ਸਿਸਟਮ ਹੈ ਜਿਸ ਦੇ ਨਾਲ ਇਸ ਡੈਮ ਨੂੰ ਕੰਟਰੋਲ ਕੀਤਾ ਜਾਂਦਾ ਕਿਤੇ ਉਹ ਵਿਗੜ ਜਾਵੇ ਕਿਉਂਕਿ ਇਸ ਵਕਤ ਜਿਹੜੇ ਮੌਸਮ ਦੇ ਹਾਲਾਤ ਨੇ ਉਹ ਤਾਂ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਸੋ ਕੋਈ ਵੀ ਰਿਸਕ ਲੈਣ ਦੇ ਲਈ ਬੀਬੀਐਮਬੀ ਵੀ ਤਿਆਰ ਨਹੀਂ ਹੈ ਤਾਂ ਮਸ਼ੀਨਾ ਫਿਲਹਾਲ ਠੀਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਚਰਦੀਕਲਾ ਟਾਈਮ ਟੀਵੀ ਬਿਊਰੋ ਰਿਪੋਰਟ